ਆਂਟੀ ਕਿਵੇਂ ਦੇਖਦੇ ਹੋ ਕਿ ਲੱਕਰ ਹੀ ਸੋਚਿਆ ਸੀ ਕਿ ਉਹਦੇ ਤਾਏ ਦੇ ਵੱਲੋਂ ਹੀ ਇਹ ਕਦਮ ਚੁੱਕੇ ਜਾਵੇ। ਬੱਚੇ ਨਾਲ ਪਿਆਰ ਬਹੁਤ ਕਰਦਾ ਸੀ, ਭੈਣਾ ਪੈਣਾ ਸੀ ਦੋਵੇਂ, ਤੇ ਬੱਚੇ ਵੀ ਸਾਰੇ ਆਪਣੇ ਘਰ ਸਾਂਝੇ ਇਕੱਠੇ ਹੀ ਸੀਗੇ, ਵੀ ਕੋਈ ਫਰਕ ਨਹੀਂ ਸੀਗਾ। ਇਹ ਕੀ ਪਤਾ ਭਾਣਾ ਕਿਹੜਾ, ਰੱਬ ਨੇ ਸਾਡੇ ਕਰਮ ਮਾੜੇ ਬਣਾ ਦਿੱਤੇ। ਹੈਂ, ਬੱਚੇ ਨਾਲ ਕੀ ਦੋਸ਼ ਕਰਨਾ, ਤੂੰ ਲੜਨਾ ਤਾਂ ਘਰੇ ਲੜ, ਤੂੰ ਆਪਸ ਸਾਨੂੰ ਕਹਿ ਦੇ ਵੀ ਆਹ ਗੱਲ ਚਾਹੀ, ਤੈਨੂੰ ਥਾਂ ਤੂੰ ਆਪੇ ਕਿਹਾ ਮੈਂ ਦੋ ਹਿੱਸੇ ਲੈਣੇ, ਦੋ ਹਿੱਸੇ ਤੂੰ ਬਣਾ ਲੈਣੇ, ਤੂੰ ਉਹਨੂੰ ਪਿਛਲਾ ਛੋਟਾ ਟੁੱਟਾ ਮੁੱਟ। ਮੈਂ ਕਿਹਾ ਨਹੀਂ, ਉਹਨੂੰ ਪੂਰੀ ਚਾਲੀ ਗਾਜ ਦੇ, ਉਹਦੇ ਰਸੋਈ ਟਾਏਗਾ, ਰੋਟੀ ਕਿਤੇ ਪਕਾਊਗੀ। ਮੈਂ ਚੱਲ ਉਹਨੂੰ ਦੇ ਦੇ, ਮੈਂ ਕੀ ਕਰਨਾ, ਮੈਨੂੰ ਆਪੇ ਰੋਟੀ ਦੇਣਗੇ, ਦੇਣ ਨਾ ਦੇਣਗੇ ਤਾਂ ਗੁਰਦੁਆਰੇ ਚੱਲ ਜਾਵਾਂਗੇ, ਹੋਰ ਕੀ ਹੈ। ਪਰ ਚੱਲ ਪੁੱਛਦੀਆਂ ਹੀ ਰਹੀਆਂ ਨੇ, ਰੋਟੀ ਬਣਾਉਂਦੇ ਬੜੀ ਸੋਹਣੀ ਸੀ ਯਾਰ, 10 ਦਿਨ ਦੇ ਬਹੁਤ ਚੰਗੇ ਘਰ, ਹੁਣ ਵੀ ਮਾਲ ਭਰਾਇਆ ਸੀ ਸਾਰਾ, ਰੋਟੀ ਵੀ ਟਾਈਮ ਨਾਲ ਬਣਾ ਲੈਣੀ। ਮੈਂ ਉੱਤੇ ਮੈਂ ਥੱਲੇ ਉਤਰਦੀ ਨਹੀਂ, ਬਾਥਰੂਮ ਵਾਸਤੇ ਮੈਂ ਉਤਰਦੀ ਸੀ, ਫਿਰ ਕਦੀ ਜੇ ਇਹ ਨਾ ਕਰੂੰਗੀ ਫਿਰ ਛੋਟੀ ਦੇ ਜਾਂਦੀ ਸੀ ਉੱਤੇ ਰੋਟੀ, ਪਾਠ ਕਰਨਾ ਨਾ ਬਹਿ ਜਾਣਾ ਪੈ ਜਾਣਾ, ਆਪਣਾ ਕੀ ਕਰਨਾ ਹੈਗਾ। ਪ੍ਰਾਪਰਟੀ ਵਿਵਾਦ ਕਾਰਨ ਸਮਝ ਸਕਦੇ, ਪ੍ਰਾਪਰਟੀ ਨੂੰ ਲੈ ਕੇ ਕੀ ਸੀ, ਆ 100 ਗਜ ਥਾਂ ਰਸਤੇ ਕਰੋੜਾ ਸੀ ਥਾਂ ਸੀ, ਇਹ ਦੋਵਾਂ ਭਰਾਵਾਂ ਨੇ ਲੈਣਾ ਸੀ। ਆਦਮੀ ਸਾਡੇ 2 ਸਾਲ ਹੋ ਗਏ ਪੂਰੇ ਹੋਏ ਨੂੰ, ਉਹ ਤਾਂ ਇੱਕ ਲੂਣ ਨਹੀਂ ਸੀ ਪੱਟਦਾ ਮਾਂ ਥਾਂ ਦਾ, ਕਹਿੰਦਾ ਨਾ ਮੈਂ ਬੜਾ ਔਖਾ ਬਣਾਇਆ, ਆਪਾਂ ਨਹੀਂ ਵੇਚਣਾ ਹੈਗਾ, ਮੇਰੇ ਪਿਓ ਨੇ ਬਣਾ ਕੇ ਦਿੱਤਾ ਆਪਣੇ ਵਾਲੇ ਪੁੱਤਰ ਨੂੰ ਦੇਤਾ ਸੀ, ਵੱਡੇ ਨੂੰ ਤਾਂ ਵੱਡੇ ਪੁੱਤਰ ਨੂੰ ਜਿਨ੍ਹਾਂ ਦੀ ਹੋਈ ਹੈ ਨਾ ਗੱਲ, ਉਹਨਾਂ ਨੂੰ ਦਿੱਤਾ ਆਪਣਾ ਹਿੱਸਾ ਕਿ ਮੈਂ ਉਹਨਾਂ ਦੇ ਨਾਲ ਰਵਾਂਗੀ। 120 ਗਜ ਜਗ੍ਹਾ ਨਾ, ਮੇਰੇ ਕੁੜੀਆਂ ਲਿਖਣਾ ਨਾ ਮੈਂ ਲਿਖਣਾ, ਜਿੰਨਾ ਚਿਰ ਮੈਂ ਜਿੰਨੀ ਮੇਰਾ ਉਸ ਤੋਂ ਬਾਅਦ ਉਹਨਾਂ ਨੂੰ ਦਿੱਤੀ 40 ਗਜ ਛੋਟੇ, ਉਹਨਾਂ ਨੇ ਆਪਣਾ ਜ਼ਿਕਰੇ ਨਾਲ ਦੇਤੀ ਕਿ ਕੁੜੀਆਂ ਮੈਨੂੰ ਜਵਾਈ, ਮੇਰੇ ਸਾਰੇ ਭਰਾ ਮੇਰੇ ਗੁੱਸੇ ਹੋਣ ਵੀ ਤੂੰ ਝਾਈ ਕੀ ਕੀਤਾ, ਤੂੰ ਭਰਾਵਾਂ ਨੂੰ ਸੱਦਦੀ ਜਵਾਈਆਂ ਨੂੰ ਸੱਦਦੀ ਵੀ ਤੇਰੇ ਨਾਲ ਕੋਈ ਗੱਲ ਕਰਦਾ। ਮੈਂ ਕਿਹਾ ਖਸਮਾਂ ਖਾਏ, ਕਹਿੰਦੇ ਕਲੇਸ਼ ਮੁੱਕੇ, ਤੈਨੂੰ 1500 ਪਿਲਸ਼ਨ ਆਉਂਦੀ, ਤੈਨੂੰ ਇੰਨੀ ਬੜੀ। ਮੈਂ ਕਪੀਲੂ ਕਹਿੰਦਾ ਕੋਈ ਨੀ, ਜੇ ਤੇਰੇ ਲੋੜ ਪਏ ਮੈਂ ਤੈਨੂੰ ਦੇ ਦਾਂਗਾ। ਵੱਡਾ ਮੁੰਡਾ ਕਹਿੰਦਾ ਮੈਂ ਤੈਨੂੰ ਦੇ ਦਾਂਗਾ, ਚੱਲ ਜੇ ਮੇਰੇ ਕੋਲ ਹੁੰਦੇ ਤੇ ਉਹ ਵੀ ਲੈ ਲੈਂਦੇ ਸੀ, ਮੈਂ ਉਹਦੇ ਕੋਲ ਲੈ ਲੈਂਦੀ ਸੀ, ਕਦੀ ਜੂਸ ਲੈ ਆਉਂਦਾ ਕਦੀ ਦਹੀਂ ਲੈ ਆਉਂਦਾ, ਰੱਖ ਦੇਣੀ ਫਿਰ ਜੇ ਤੂੰ ਝਾਈ ਖਾ ਲੂ ਰੋਟੀ। ਇਹ ਨਹੀਂ ਸੀ ਪਤਾ ਵੀ ਸਾਡੇ ਘਰ 'ਚ ਕੁਛ ਹੋਣਾ। ਮੁੰਡੇ ਨਾਲ ਤੂੰ ਰਾਤੀ ਲੈ ਕੇ ਗਿਆ, ਤੂੰ ਉਦੋਂ ਹੀ ਕਹਿਣ ਮਾਂ ਨੂੰ ਭਾਈ ਮੁੰਡਾ ਤੂੰ ਆਪਣਾ ਸਾਂਭ ਲੈ, ਮੇਰਾ ਕੀ, ਮੈਂ ਦਰਬਾਰ ਸਾਹਿਬ ਗਿਆ ਭਾਵੇਂ 8 ਦਿਨਾਂ ਵਾਂ। ਲੱਕੜ ਦਾ ਮਿਸਤਰੀ ਲਾਇਆ ਸੀ, ਮੈਂ ਉਸ ਸਮਾਂ ਕਹਿਤਾ, ਮੈਂ ਕਿਹਾ ਚੱਲ ਤੁਸੀਂ ਮਿਸਤਰੀ ਲਾਉਂਦੇ ਪੈ ਜਾਣਾ, ਵੀ ਚੱਲ ਨਹੀਂ ਅਜੇ ਗੁੰਜਾਇਸ਼ ਹੈ ਕਿ ਤਾਂ ਨਾ ਬਣਾਓ, ਪੈਸਾ ਨਹੀਂ ਹੱਥ 'ਚ ਤਾਂ ਨਾ ਬਣਾਓ, ਕਿਹੜੇ ਬੋਲਣਾ ਕਾਹਨੂੰ ਹੈਗਾ। ਸੁਣਨ ਚੰਟੀ ਇਹ ਵੀ ਆ ਰਿਹਾ ਕਿ ਛੋਟੇ ਹੁੰਦੇ ਨੂੰ ਪਾਲ ਪੋਸ ਕੇ ਵੀ ਵੱਡਾ ਉਹਦੇ ਤਾਏ ਦੇ ਵੱਲੋਂ ਹੀ ਕੀਤਾ। ਬਣਾ ਤਾਂ ਹੈਗੀਆਂ ਸੀਗੀਆਂ, ਘਰ ਦੀ ਕਮਜ਼ੋਰੀਆਂ ਹੈਗੀਆਂ ਸੀ, ਕੰਮ ਹੈ ਨਹੀਂ ਸੀ ਬੱਚਿਆਂ ਦੇ, ਇਹ ਵੀ 100-150 ਕਮਾਉਂਦਾ ਸੀ, ਉਹ ਵੀ 100-150 ਕਮਾਉਂਦਾ ਸੀ ਕਿ ਵਿਹਲਾ ਹੀ ਹੈਗਾ ਸੀ ਛੋਟਾ ਤਾਂ। ਚਲੋ ਆਪਣੇ ਕਮਾ ਕੇ ਰੋਟੀ ਖਾਂਦੀਆਂ ਪਈ ਸੀ ਦੋਵੇਂ, ਮੈਨੂੰ ਉਹਨੇ ਕਦੇ ਨਹੀਂ ਸੀ ਦੋਵਾਂ ਨੇ ਕਿਹਾ ਵੀ ਝਾਈ ਸਾਡੇ ਕੋਲ ਇਹ ਚੀਜ਼ ਹੈ ਨਹੀਂ, ਮੈਂ ਆਪਣੀ ਮਰਜ਼ੀ ਤੋਂ ਭਾਵੇਂ ਕੋਈ ਸਬਜ਼ੀ ਲੈ ਦਵਾਂ, ਮਾਵੇ ਕੋਈ ਸਭ ਚੀਜ਼ ਲੈ ਆਵਾਂ, ਮੈਨੂੰ ਕਦੇ ਨਹੀਂ ਸੀ ਉਹਨਾਂ ਨੇ ਕਿਹਾ। ਮੈਂ ਕਿਹਾ ਚੱਲ ਕੱਪੜ ਦੇਖੋ ਮੁੱਕਦਾ ਨਹੀਂ, ਰੋਟੀ ਦੋ ਫੁਲਕੇ ਖਾਣੀ, ਚੱਲ ਜਿਹੜੀ ਚੀਜ਼ ਅੱਗੇ ਬਾਹਰੋਂ ਲੈ ਲੈਂਦੇ ਹਾਂ। ਕਾਰਨ ਬਣਿਆ ਵੀ ਕੋਈ ਤੇ ਬਣਿਆ ਵੀ ਮਿੰਟ ਦੇ ਵਿੱਚ, ਜਿਵੇਂ ਉਹਨੂੰ ਪਤਾ ਨਹੀਂ ਇੱਥੋਂ ਨਾਲ ਲੈ ਗਿਆ ਤੇ ਜਸ ਨਾਲ ਜਾ ਕੇ ਹੀ ਉੱਥੇ ਰਾਤ ਕੀ ਬੇਈਮਾਨੀ ਆ ਗਈ, ਕੋਈ ਗੱਲ ਵੀ ਨਹੀਂ ਕੈਸੀ। ਬੜੀ ਮੀਨ ਸੀ, ਤੁਸੀਂ ਕਿਹਾ ਲੱਭ ਗਿਆ ਸੀ, ਕਿਹਾ ਸ਼ੁਕਰ ਦਾਤਾ ਮੈਂ ਪਾਠ ਕਰਾਵਾਂਗੀ ਮੁੰਡਾ ਘਰੇ ਆ ਜਾਵੇ। ਮੈਨੂੰ ਕੀ ਪਤਾ ਸੀਗਾ ਸਾਡੇ ਸਹਿਜ ਨਾਲ ਇਹ ਕੰਮ ਹੋ ਗਿਆ। ਨਾ ਨਾ, ਪੁੱਤ ਤਾਂ ਮੇਰੇ ਤੇ ਵੀ ਜਾਨ ਦਿੰਦਾ ਸੀ, ਜਨਾਨੀਆਂ ਨਾਲ ਵੀ ਲੜ ਪੈਂਦਾ ਸੀ, ਮੇਰੀ ਮਾਂ ਨੂੰ ਕਿਉਂ ਤੂੰ ਬੋਲਣੀ ਹੈ, ਤੂੰ ਇੰਝ ਕਰਨੀ। ਫਿਰ ਮੈਨੂੰ ਕਹਿੰਦਾ ਚਾਹੀ ਤੂੰ 15-20 ਦਿਨ ਕੁੜੀ ਵੱਲੇ ਲਾਏ, ਮੈਂ ਕੁੜੀ ਵੱਲੇ ਲਾਈ। ਮੈਂ ਕਿਹਾ ਮੇਰਾ ਨਹੀਂ ਉੱਥੇ ਦਿਲ ਲੱਗਦਾ, ਇੱਥੇ ਆਪਣਾ ਮੱਲਾ ਗੁਰਦੁਆਰੇ ਜਾਂਦੇ 2 ਘੰਟੇ ਆਪਦੇ ਪੈ ਜਾਂਦੇ, ਫਿਰ ਆ ਕੇ ਫੁਲਕਾ ਖਾ ਕੇ ਪੈ ਜਾਈਦਾ। ਮੈਨੂੰ ਕੀ ਪਤਾ ਸੀ ਵੀ ਇਹ ਸਾਡੇ। ਸੁਣਨ 'ਚ ਵੀ ਆ ਰਿਹਾ ਕਿ ਤੁਹਾਡੇ ਨਾਲ ਵੀ ਕਹਾ ਸੁਣੀ ਹੋਈ ਸੀ ਸਹਿਜ ਦੀ ਮਾਂ ਦੀ, ਵੀ ਜਿਸ ਗੱਲ ਨੂੰ ਉਹ ਆਪਣੇ ਜਹਿਨ 'ਚ ਬਿਠਾ ਲੈ ਜਾਂਦੇ ਨੇ ਤਾਂ ਗੁੱਸੇ ਦੇ ਵਿੱਚ ਇਹ ਕਦਮ ਚੁੱਕਿਆ। ਹੈਂ, ਤੁਹਾਡੇ ਨਾਲ ਵੀ ਕੋਈ ਉਹਨਾਂ ਦੀ ਤੁਹਾਡੇ ਨੂੰਹ ਦੀ ਕੋਈ ਕਹਾ ਸੁਣੀ ਹੋਈ ਸੀ? ਕੋਈ ਨਹੀਂ ਸੀ, ਮਾੜੇ ਮੋਟੇ ਤਾਂ ਹੁੰਦਾ ਹੀ ਰਹਿੰਦਾ ਹੈਗਾ, ਆਪਾਂ ਵੀ ਕਹਿ ਲੈਂਦੇ ਸੀ ਅਤੇ ਬੱਚੇ ਵੀ ਨੂੰਹਾਂ ਵੀ ਕਹਿ ਲੈਂਦੀਆਂ ਸੀ, ਪਰ ਸਾਡਾ ਕਾਰੋਬਾਰ ਇੰਨਾ ਹੈ ਨਹੀਂ ਸੀ, ਆ ਮਕਾਨ ਵੀ ਕਿਸੇ ਫਾੜ ਫੁੜ ਕੇ ਵਿਚਾਰੇ ਮੁੰਡਿਆਂ ਨੇ ਬਣਾਇਆ, ਵੀ ਸਾਨੂੰ ਅਸੀਂ ਵਿਆਹ ਕਰਦੇ ਨੇ ਅਤੇ ਮੈਂ ਕਿਹਾ ਚੱਲ ਬਣਾ ਲਓ ਤੁਸੀਂ, ਆਪਾਂ ਕੀ ਕਰਨਾ ਮਕਾਨ ਅੱਜ ਮਰੇ ਤਾਂ ਇਹਨਾਂ ਨਹੀਂ ਸਾਂਭਣਾ, ਮੈਂ ਕੀ ਕਰਨਾ। ਕੋਈ ਸਾਨੂੰ ਮਿਹਨਤ ਨਹੀਂ ਸੀ ਹਜੇ ਕੰਮ ਦੀ, ਇੰਨਾ ਕਿ ਅੰਮ੍ਰਿਤਧਾਰੀ ਗੁਰੂ ਵੱਲ ਜਾਣਾ, ਉਸ ਜਿੱਥੇ ਜਾਣਾ ਉੱਥੇ ਜਨਾਨੀ ਨਹੀਂ ਹੋਣਾ, 15-20 ਦਿਨ ਤੁਰੇ ਹੀ ਰਹਿੰਦੇ ਸੀ ਦੋਵੇਂ ਜਾਣੇ, ਅਤੇ ਮੈਂ ਆਖਿਰ ਚੱਲ ਜਾਣ। ਇੱਕ ਦਿਨ ਆਉਂਦੀ ਮੈਂ ਕਿਹਾ ਤੂੰ ਅੱਕ ਵੀ ਗਈ ਥੱਕ ਵੀ ਗਈ, ਚੱਲ ਤੁਸੀਂ ਲਾਇਓ ਜਲੰਧਰ 2 ਦਿਨ ਲਾ ਕੇ ਅਤੇ ਆ ਗਈ। ਇਹ ਨਹੀਂ ਸੀ ਮੈਨੂੰ ਪਤਾ ਵੀ ਸਾਡੇ ਘਰ ਭਾਣਾ ਵਰਤ ਜਾਏਗਾ, ਵੀ ਸਾਡਾ ਮੁੰਡਾ ਇੱਦਾਂ ਕਰੂਗਾ, ਉਮੀਦ ਨਹੀਂ ਸੀ ਕਦੀ। ਨਾ ਬਿਲਕੁਲ ਨਹੀਂ ਸੀ ਉਮੀਦ, ਲਾਕਾ ਵੀ ਨਹੀਂ ਸੋਚ ਸਕਦਾ। ਲੰਗਰ ਲੈ ਆਉਣਾ, ਬਾਲਟੀਆਂ ਗੁਰਦੁਆਰੇ ਮਿਲ ਜਾਣੀਆਂ ਨੇ, ਆਖਿਰ ਚੱਲ ਸਾਰੀ ਸੰਗਤ ਨੇ ਖੁਸ਼ ਹੋ ਜਾਣਾ ਵੀ ਸਾਨੂੰ ਦਾਲ ਦੇ ਗਿਆ, ਸਾਨੂੰ ਪ੍ਰਸ਼ਾਦੇ ਦੇ ਗਿਆ। ਇਹਨੇ ਕਹਿੰਦਾ ਘਰੇ ਕੀ ਕਰਨੇ ਨੇ, ਵੀ ਚੱਲ ਉੱਥੇ ਬਾਹਰ ਸੰਗਤ ਖੁਸ਼ ਹੋ ਕੇ ਮੰਗਦੀ। ਹਾਂ, ਬਹੁਤ ਵਾਰ ਅਰਦਾਸਾ ਸੀ, ਪਾਠ ਵੀ ਕਰ ਸੰਗਤ ਨੇ ਸਾਡੀ ਨੇ ਕੀਤਾ ਵੀ ਸਹਿਜ ਕਰੇ ਆ ਜੇ। 8 ਸਾਲਾਂ ਦੇ ਬਾਅਦ ਕਹਿੰਦੇ ਸਹਿਜ ਜਿਹੜੀ ਕਿ ਦਾਤ ਮਿਲੀ ਸੀ ਗੁਰੂ ਘਰ, 7 ਸਾਲ ਦਾ ਸੀਗਾ, 6-7 ਸਾਲਾਂ ਬਾਅਦ ਹੋਇਆ, ਕਦੀ ਉਹਨੇ ਦਿਨ 'ਚ ਨਹੀਂ ਸੀਗੇ, ਪਰ ਮੁੰਡਾ ਵੀ ਇੰਨਾ ਠਹਿਰਿਆ ਸੀ ਨਾ, ਉਹਨੇ ਕਦੀ ਨਹੀਂ ਤੰਗ ਕੀਤਾ। ਮੈਂ ਕਿਹਾ ਹਾਂ, ਕਦੀ ਨਹੀਂ ਤੰਗ ਕੀਤਾ, ਮੈਨੂੰ ਚੀਜ਼ ਇਹ ਲੈ ਕੇ ਦਿਓ। ਮਾਂ ਨੇ ਕਿਹੜਾ ਆਪਣੇ ਕੋਲ ਪੈਸੇ ਕੋਲ ਚੁੱਪ ਕਰ ਦੇਣਾ, ਉਹਨੇ ਜੇ ਖਰਚਣ ਨੂੰ 10-5 ਖਰਚ ਲੈਣੇ, ਬਸ ਉੱਦਾਂ ਨਹੀਂ ਸੀ ਤੰਗ ਕਰਦਾ। ਮੈਂ ਸਮਝਣਾ, ਮੈਂ ਕਿਹਾ ਸਾਰੇ
मकान बना दे मैं बैठा ही आना तेन रोटी देवांगा मैं चल बना लो मेनू की सहज ना कोई गल नहीं घर च किसी जान है चाई दिमाग च कीड़ा कारा भरिया भी जेड़ा बच्चे नाल तू विरोध करना असा कि ओदा लको छड्या दो चार दिन बाद लै आऊगा भी जान के भी इकल पांदा हैगा सानू ते ए नहीं सी पता सी भी यही लेके गए ने हां घरो मुंडे दे नाल ही गया साइकिल भी उत्थे रामगढ़ी स्कूल गुरदर च रखिया सू फिर साइकिल कल सवेरे जदों मुंडा की पता करके काम आया कि नहीं करके आपां नूं कोई पता नहीं ये फिर साइकिल लैन गया तो उन्हें साइकिल दिता नहीं फिर पुलिस वाले आ गए साइकिल चुक के लाए वो कहते जेड़ा मुंडा लैके आया ना साइकिल उन्हें देना है ना जमीन ज्यादा तो है ही नहीं साडा ही मकान ही है वह तो पेक्या देगी मां प्यो मर गया भरा है नहीं सगा वह मकान छोटा जहा है तो चारा भैन नहीं लैना मुंडा है नहीं उन्होंने ना नहीं धियां नहीं लैना पुत्र है नहीं फिर कुड़िया नहीं लैना आप दिखा नहीं दिता सी की लैना साढ़े को आपकी थां है कटाणी साहब गुरुद्वारा साहब रात रुकते ने लंगर छकते नहीं सवेरे पांच बजे जिहड़ा कि सहज नूं जिंदा नहर च धक्का कोई किसी गल का भी नहीं पता सानू तो उदो अठ बजे सवेरे आया तो उदो बंद लिया तो पुलिस ने लै गई फड़ के इनू उत्थे उन्हें कुटिया तो फिर बकिया भी मैं मुंडा मेरे नाल सी पहले कहना मेरे नाल तो है ही नहीं।